ਹੈਲੋ ਸਟੂਡੈਂਟਸ ईवीएस ਦੇ ਵਿੱਚ ਆਪਾਂ 5th ਲੈਸਨ ਦੀ ਐਕਸਰਸਾਈਜ਼ ਕਰ ਰਹੇ ਹਾਂ ਸੋ ਅੱਜ ਆਪਾਂ ਕਰਾਂਗੇ ਰਾਈਟ ਐਂਡ ਰੋਂਗ ਕੁਐਸਚਨ ਨੰਬਰ 2 ਟਿੱਕ ਦਾ ਰਾਈਟ ਐਂਡ ਕ੍ਰੋਸ ਦਾ ਰੋਂਗ ਸੈਂਟੈਂਸਿਜ਼ niche sentences ਦਿੱਤੇ ਹੋਏ ਆ ਜੋ ਸੈਂਟੈਂਸਿਜ਼ ਰਾਈਟ ਨੇ ਉਹਨਾਂ ਅੱਗੇ ਆਪਾਂ ਰਾਈਟ ਕਲਿੱਕ ਕਰਾਂਗੇ ਐਂਡ ਜੋ ਰੋਂਗ ਨੇ ਉਹਨਾਂ ਅੱਗੇ ਆਪਾਂ ਕ੍ਰੋਸ ਕਰਾਂਗੇ ਠੀਕ ਹੈ ਸੋ ਏ ਸਨੇਕ ਡਸ ਨਾਟ ਲੁੱਕ ਆਫਟਰ ਇਟਸ ਯੰਗ ਵਨਸ ਹਾਂਜੀ ਜੋ ਸਨੇਕ ਨੇ ਸੱਪ ਹੈ ਉਹ ਆਪਣੇ ਛੋਟੇ ਬੱਚਿਆਂ ਦਾ ਧਿਆਨ ਨਹੀਂ ਰੱਖਦਾ ਹਾਂਜੀ ਇਹ ਆਪਾਂ ਲੈਸਨ ਦੇ ਵਿੱਚ ਜੁੜੀਡ ਕੀਤਾ ਹੈ ਜੋ ਸੱਪ ਹੈ ਉਹ ਆਪਣੇ ਛੋਟੇ ਬੱਚਿਆਂ ਦਾ ਧਿਆਨ ਨਹੀਂ ਰੱਖਦਾ ਸੋ ਇਹ ਸਟੇਟਮੈਂਟ ਰਾਈਟ ਹੈ ਹਾਂਜੀ ਬੀ ਦਾ ਬਰਡਸ ਪ੍ਰੋਟੈਕਟ देयर ਯੰਗ ਵਨਸ ਫਰੋਮ ਐਨਮੀਜ਼ ਹਾਂਜੀ ਜੋ ਪੰਛੀ ਹੁੰਦੇ ਹਨ ਉਹ ਆਪਣੇ ਛੋਟੇ ਬੱਚਿਆਂ ਨੂੰ ਦੁਸ਼ਮਨਾ ਤੋਂ ਬਚਾਉਂਦੇ ਹਨ yes it is right ਪੰਛੀ ਆਪਣੇ ਛੋਟੇ ਬੱਚਿਆਂ ਦੀ ਐਨਮਿਸ ਤੋਂ ਰੱਖਿਆ ਕਰਦੇ ਹਨ c all animals lay eggs ਕੀ ਸਾਰੇ ਹੀ ਜਾਨਵਰ ਅੰਡੇ ਦਿੰਦੇ ਹਨ no ਆਪਾਂ 2 ਕ ਡਿਗਰੀਜ਼ ਕੀਤੀਆਂ ਸੀ ਨਾ ਐਨੀਮਲਸ ਦੇ ਇੱਕ ਜੋ ਅੰਡੇ ਦਿੰਦੇ ਹਨ ਔਰ ਦੂਸਰੇ ਜੋ ਬਰਥ ਦਿੰਦੇ ਹਨ so all animals do not lay eggs this statement is wrong next hai match da columns hanji do columns apan ditte hoye a e column de vich cat cow bitch mayor hanji and b de vich called calf pup ਕਿਟਨ ਹਾਂਜੀ ਫਸਟ ਜੋ ਏ ਕਾਲਮ ਹੈ ਉਹਦੇ ਵਿੱਚ ਐਨੀਮਲਸ ਦੇ ਨੇਮ ਦਿੱਤੇ ਗਏ ਆ ਐਂਡ ਬੀ ਦੇ ਵਿੱਚ ਉਸਦੇ ਉਹਨਾਂ ਦੇ ਯੰਗਵੌਂਸ ਦੇ ਨੇਮ ਦਿੱਤੇ ਗਏ ਆ ਸੋ ਆਪਾਂ ਐਨੀਮਲਸ ਨੂੰ ਉਹਨਾਂ ਦੇ ਯੰਗਵੌਂਸ ਨਾਲ ਮੈਚ ਕਰਨਾ ਹੈ ਓਕੇ ਆਪਾਂ ਲੈਸਨ ਦੇ ਵਿੱਚ ਰੀਡ ਕੀਤਾ ਹੈ ਇਹ ਸਾਰੇ ਬੱਚਾ ਨੂੰ ਆਉਂਦਾ ਹੀ ਹੋਣਾ ਤਾਂ ਦੱਸੋ ਬੱਚਿਓ ਕੈਟ ਦਾ ਯੰਗਵਨ ਕਿਹੜਾ ਹੈ ਵੈਰੀ ਗੁੱਡ ਕਿਟਨ ਕੈਟ ਨੂੰ ਮੈਚ ਕਰਾਂਗੇ ਆਪਾਂ ਕਿਟਨ ਦੇ ਨਾਲ ਕੈਟ ਦਾ ਯੰਗਵਨ ਹੈ ਕਿਟਨ ਓਕੇ ਹੁਣ ਕਾਉ ਦਾ ਦੱਸੋ ਵੈਰੀ ਗੁੱਡ calf ਕਾ ਦਾ ਯੰਗ ਵਨ ਹੈ calf ਓਕੇ ਬੇਚ ਦਾ ਯੰਗ ਵਨ ਸ਼ਾਬਾਸ਼ ਪਪ ਹਾਂਜੀ ਮੇਅਰ ਦਾ ਜੋ ਘੋੜੀ ਹੈ ਉਸ ਦਾ ਯੰਗ ਵਨ ਵੈਰੀ ਗੁੱਡ ਕਾਲਡ ਹਾਂਜੀ ਸਟੂਡੈਂਟਸ ਇਹ ਸੀਗਾ ਆਪਣਾ ਸੈਕਿੰਡ ਹੈਂਡ ਥਰਡ ਕੁਐਸਚਨ ਇਹ ਆਪਾਂ ਅੱਜ ਕੀਤਾ ਹੈ ਇਹ ਤੁਸੀਂ ਬੁੱਕ ਦੇ ਵਿੱਚ ਐਂ ਫਿਲ ਕਰ ਲੈਣਾ ਠੀਕ ਹੈ ਐਂਡ ਲਰਨ ਕਰ ਲੈਣਾ ਬਾਕੀ ਆਪਾਂ ਜੋ ਕੁਐਸਚਨਸ ਬਚ ਰਹੇ ਹੋ ਆਪਾਂ ਕੱਲ ਕਰਾਂਗੇ